ਵੀਡੀਓ ਯੂਐਸਏ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸੋ ਉਸ ਤੋਂ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤਾਂ ਜੋ ਸਾਰੀ ਜਾਣਕਾਰੀ ਸਹੀ ਤਰੀਕੇ ਨਾਲ ਤੁਹਾਡੇ ਤੱਕ ਪਹੁੰਚ ਸਕੇ ਚੀਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਜ਼ਬਰਦਸਤ ਭੁਚਾਲ ਆਇਆ ਹੈ। ਚੀਨ ਜਿੱਥੇ ਪਹਿਲਾਂ ਹੀ ਕੋਰੋਨਾ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋਇਆ ਹੈ, ਉੱਥੇ ਅੱਜ ਚੀਨ ਦੇ ਸਿਚਿਅਨ ਸੂਬੇ ਦੇ ਸ਼ਹਿਰ ਜਿਬਨ ਵਿੱਚ ਜ਼ਿੰਗਵੇਨ ਕਾਉਂਟੀ ਵਿੱਚ ਤੇਜ਼ ਭੁਚਾਲ ਦੇ ਝਟਕੇ ਸਵੇਰੇ ਮਹਿਸੂਸ ਕੀਤੇ ਗਏ। ਇਸ ਭੁਚਾਲ ਦੀ ਤੀਬਰਤਾ ਰਿਕਟਰ ਪਮਾਨੇ ਉੱਪਰ 5.1 ਮਾਪੀ ਗਈ। ਇਸ ਭੁਚਾਲ ਦਾ ਕੇਂਦਰ ਸ਼ਹਿਰ ਤੋਂ 140 ਕਿਲੋਮੀਟਰ ਦੂਰੀ ਤੇ ਦੱਸਿਆ ਗਿਆ ਹੈ। ਜਿਸ ਦਾ ਭੁਚਾਲ ਕੇਂਦਰ 44 10 ਮੀਟਰ ਦੀ ਉਚਾਈ ਤੇ ਇੱਕ ਅਣਜਾਣ ਖੇਤਰ ਵਿੱਚ ਸਥਿਤ ਦੱਸਿਆ ਗਿਆ ਹੈ। ਜਿੱਥੇ ਤੇਜ਼ ਭੁਚਾਲ ਦੇ ਝਟ ਦੇਰ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ ਪਰ ਸਮਾਚਾਰ ਏਜੰਸੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਪੁਚਾਲ ਦੇ ਵਿੱਚ ਅਜੇ ਤੱਕ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੁਤੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਪੁਚਾਲ ਨਾਲ ਪ੍ਰਭਾਵਿਤ ਕਈ ਖੇਤਰਾਂ ਵਿੱਚ ਰੇਲ ਗੱਡੀਆਂ ਦੇ ਦੇਰੀ ਨਾਲ ਚੱਲਣ ਦੀ ਸੰਭਾਵਨਾ ਜ਼ाहिर ਕੀਤੀ ਗਈ ਹੈ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਜਾਣਕਾਰੀਆਂ ਲਈ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ